ਕਿ ਤੁਸੀਂ ਇੱਥੇ ਗੁਰੂ ਘਰ ਦੀ ਸੇਵਾ ਕਰ ਰਹੇ ਹੋ, ਟੋਟਲੀ ਜਿਹੜਾ ਕਰਤਾਰਪੁਰ ਲਾਂਘੇ ਵਾਲਾ ਕੰਮ ਚੱਲ ਰਿਹਾ, ਆਮ ਲੋਕ ਵੀ ਆ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ, ਉਹਨਾਂ ਦਾ ਕੁੱਲ ਪ੍ਰਭਾਵ ਕਿਵੇਂ ਲੈ ਰਹੇ ਨੇ ਉਹ? ਉਹਨਾਂ ਦਾ ਪ੍ਰਭਾਵ ਇਹ ਲੈ ਰਿਹਾ, ਦੋਵਾਂ ਦੇਸ਼ਾਂ ਦੀ ਜਿਹੜੀ ਸੰਗਤ ਆ, ਆਪਸ ਵਿੱਚ ਮਿਲਣਾ ਵਰਤਣਾ ਭਾਈਚਾਰਕ ਇੱਕ ਹੋਵੇ, ਸਾਰਾ ਖੁੱਲ੍ਹੇ ਦਰਸ਼ਨ ਹੋਣ, ਉਹ ਇਸ ਚੀਜ਼ ਨੂੰ ਜ਼ਿਆਦਾ ਅਹਿਮੀਅਤ ਦੇ ਰਿਹਾ ਵੀ ਸਾਨੂੰ ਪੈਦਲ ਜਿੱਦਾਂ ਬਿਨਾਂ ਪਾਸਪੋਰਟ ਤੋਂ ਅਸੀਂ ਜਾ ਸਕੀਏ, ਦਰਸ਼ਨ ਕਰਕੇ ਅਸੀਂ ਵਾਪਸ ਆਈਏ, ਸਭ ਤੋਂ ਇਸ ਚੀਜ਼ ਨੂੰ ਅਹਿਮ ਦੇ ਰਿਹਾ। ਜਿਹੜਾ ਰੋਜ਼ ਹੀ ਸਰਹੱਦਾਂ ਉੱਤੇ ਤਣਾਅ ਹੋ ਜਾਂਦਾ ਹੈ ਨਾ ਵੀ ਤੁਸੀਂ ਸਾਡੇ ਚਾਰ ਵੱਡੇ, ਅਸੀਂ ਸਾਡੇ 10 ਵੱਢਾਂਗੇ, ਇਹ ਚੀਜ਼ ਬਾਰੇ ਆਮ ਲੋਕ ਕੀ ਸੋਚਦੇ ਨੇ ਵੀ ਮਤਲਬ ਇੱਕ ਪਾਸੇ ਤਾਂ ਨਫ਼ਰਤ ਦਾ ਪ੍ਰਚਾਰ ਆ, ਇੱਕ ਪਾਸੇ ਬਾਬੇ ਨਾਨਕ ਥਰੂ ਮੁਹੱਬਤ ਦਾ ਸੁਨੇਹਾ ਜਾ ਰਿਹਾ ਦੋਹਾਂ ਮੁਲਕਾਂ ਲਈ? ਇਹ ਤਾਂ ਵੇਖੋ ਜੀ, ਜ਼ਰੂਰੀ ਹੈ ਮੁਹੱਬਤ, ਸਭ ਤੋਂ ਪਹਿਲਾਂ ਮੁਹੱਬਤ ਆ, ਜੋ ਬਾਰਡਰ ਦੇ ਤਣਾਓ ਆ ਉਹਦੇ ਬਾਰਡਰ ਦੇ ਤਣਾਓ ਦੇ ਉਹਦੇ ਬਾਰਡਰ ਦੇ ਰਹਿਣ ਵਾਲੇ ਲੋਕਾਂ ਦੇ ਬਾਰੇ 'ਚ ਕੋਈ ਜੋ ਉਹ ਦੱਸ ਸਕਦੇ, ਉਹਦੇ ਬਾਰੇ ਅਸੀਂ ਤਾਂ ਬੇਟੇ ਕੋਲ ਦੱਸ ਨਹੀਂ ਸਕਦੇ ਵੀ ਕੀ ਹੋ ਰਿਹਾ, ਸਰਕਾਰਾਂ ਕੀ ਕਰ ਰਹੀਆਂ, ਸਾਡੀ ਆਰਮੀ ਦੇ ਨਾਲ ਉਹਨਾਂ ਦਾ ਟੱਕਰ ਹੋ ਰਹੀ ਕਿਉਂ ਹੋ ਰਹੀ ਆ? ਜਿਹੜੇ ਆਮ ਲੋਕ ਨੇ ਦੂਰ ਬੈਠੇ ਤਾਂ ਦਿੱਲੀ ਬੈਠੇ ਜਾਂ ਚੰਡੀਗੜ੍ਹ ਬੈਠੇ ਤਾਂ ਲੜਾਈ ਦੀ ਗੱਲ ਕਰਨੀ ਬੜੀ ਸੌਖੀ ਹੈ, ਜਿਹੜੇ ਲੋਕ ਉਰੇ ਝੱਲਦੇ ਨੇ ਨਾ ਉਹ, ਹਾਂ ਤੁਸੀਂ ਉਰੇ ਉਹ ਜਿਹੜੇ ਉਹਨਾਂ ਬਾਰਡਰ 'ਤੇ ਬੈਠੇ ਜੋ ਦੁੱਖ ਚੱਲ ਰਹੇ ਆ, ਉਹ ਤਾਂ ਉਹਨਾਂ ਨੂੰ ਪਤਾ ਉਹਦੇ ਵਿੱਚ ਕਿੰਨੀ ਉਹਨਾਂ ਨੂੰ ਮੁਸੀਬਤ ਆ ਰਹੀ ਆ, ਕਿੰਨੀ ਮੁਸ਼ਕਲ ਨਾਲ ਘਰ ਛੱਡ ਕੇ ਭੱਜਣਾ ਪੈ ਰਿਹਾ ਉਹਨਾਂ ਨੂੰ, ਉਹ ਉਹਨਾਂ ਨੂੰ ਪਤਾ, ਸਾਡੇ ਨਾਲੋਂ ਜ਼ਿਆਦਾ ਉਹ ਜਾਣਦੇ ਨੇ, ਅਸੀਂ ਉਹਦੇ ਬਾਰੇ ਕੁਛ ਨਹੀਂ ਜਾਣ ਸਕਦੇ। ਅੱਛਾ ਉਰੇ ਫਿਰ ਟੋਟਲੀ ਪਾਕਿਸਤਾਨ ਸਰਕਾਰ ਬਾਰੇ ਲੋਕਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਹੈ? ਵੇਖੋ ਜੀ, ਇਹ ਤਾਂ ਹੁਣ ਜੇ ਦੋਵਾਂ ਦੇਸ਼ਾਂ ਲਾਂਘਾ ਖੋਲ੍ਹਦਾ ਤਾਂ ਬਹੁਤ ਸਹੀ, ਉਹਦੇ ਵਾਸਤੇ ਸੋਚਿਆ ਜਾਏਗਾ ਵੀ ਸਾਨੂੰ ਜਿਹੜਾ ਮਿਲਣ ਵਰਤਣ ਸਾਡਾ ਸਹੀ ਹੋ ਰਿਹਾ, ਉਹਦੇ ਬਾਰੇ ਜੋ ਸੁਨੇਹਾ ਸਾਡਾ ਬਹੁਤ ਵਧੀਆ ਜਾਊਗਾ ਉਹਨਾਂ ਨੂੰ। ਹਾਂਜੀ, ਗੁਰੂ ਨਾਨਕ ਦੇਵ ਜੀ ਨੇ ਜਿਵੇਂ ਕਿਹਾ ਸੀ ਨਾ ਕਿ ਸਾਰੀ ਜਿਹੜੀ ਮਨੁੱਖਤਾ ਨੂੰ ਮੁਹੱਬਤ ਕਰਨ ਦੀ ਗੱਲ ਕੀਤੀ ਸੀ, ਭਾਈਚਾਰੇ ਦਾ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਜਿਹੜਾ ਸੁਨੇਹਾ ਦਿੱਤਾ ਸੀਗਾ, ਤੁਹਾਨੂੰ ਲੱਗਦਾ ਕਿ ਜਦੋਂ ਲਾਂਘਾ ਖੁੱਲ੍ਹੇਗਾ ਇਹ ਜਿਹੜਾ ਸੁਨੇਹਾ ਵਾ ਹੋਰ ਕਿਵੇਂ ਉੱਚਾ ਜਾਏਗਾ ਲੋਕਾਂ ਤੱਕ? ਇਹ ਬਿਲਕੁਲ ਸੱਚਾ ਸੁੱਚਾ ਸੁਨੇਹਾ, ਇਹ ਤਾਂ ਹੋਰ ਵੱਧ ਤੋਂ ਵੱਧ ਉੱਪਰ ਜਾਏਗਾ, ਇਹਦੇ 'ਚ ਇਹਨਾਂ ਸੰਗਤਾਂ ਨੂੰ ਹੋਰ ਉਤਸ਼ਾਹ ਮਿਲੂਗਾ, ਇਹਦੇ ਨਾਲ ਸੰਗਤਾਂ ਦੇ ਪਿਆਰ ਵੱਧਦਾ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਇਹ ਹਮੇਸ਼ਾ ਸੰਗਤ ਦੇ ਉੱਪਰ ਆ, ਇਹ ਸਿਰ 'ਤੇ ਜਿੰਦਾਬਾਦ ਹੈ ਸਾਡੇ ਸਿਰ 'ਤੇ, ਇਹ ਇੱਦਾਂ ਹੀ ਸੰਗਤਾਂ ਦੀ ਚੜ੍ਹਦੀ ਕਲਾ 'ਚ ਰਹੂਗਾ ਸੁਨੇਹਾ। ਇੱਥੇ ਤੁਸੀਂ ਦੇਖ ਆਏ ਹੋ ਡੇਰਾ ਬਾਬਾ ਨਾਨਕ, ਖਾਸ ਕਰ ਜੋ ਕਰਤਾਰਪੁਰ ਦੇ ਲਾਂਘੇ ਵਾਲਾ ਕੰਮ ਕਰ ਰਿਹਾ, ਉਹਦਾ ਸਮੁੱਚਾ ਪ੍ਰਭਾਵ ਤੁਸੀਂ ਕਿੱਦਾਂ ਦਾ ਲਿਆ? ਬਹੁਤ ਅੱਛਾ ਬਈ, ਆਮ ਜਨਤਾ 'ਚ ਹਿੰਦੁਸਤਾਨ ਔਰ ਪਾਕਿਸਤਾਨ ਦੀ ਜਨਤਾ ਨਾਲ ਪਿਆਰ ਬਣੇਗਾ, ਅੱਛਾ ਸੰਯੋਗ ਬਣੇਗਾ, ਅੱਛੀ ਚੀਜ਼ ਹੈ। ਔਰ ਜੋ ਗੁਰੂ ਨਾਨਕ ਜੀ ਉਹ ਇਹੋ ਕਰਦੇ ਹੁੰਦੇ ਸੀ ਵੀ ਲੋਕਾਂ ਨਾਲ ਪਿਆਰ ਚਾਰਾ ਪ੍ਰਚਾਰ ਕਰਨਾ, ਲੋਕਾਂ ਨੂੰ ਮਿਲ ਕੇ ਰਹਿਣਾ, ਹਿੰਦੂ ਮੁਸਲਿਮ ਜੋ ਵੀ ਹੈ ਸਿੱਖ ਹੋਣ ਸਭ ਮਿਲ ਕੇ ਰਹਿਣਾ, ਉਹਨਾਂ ਦੀ ਐਕਚੁਅਲੀ ਉਹੀ ਅਸੀਂ ਐਡਵਾਈਸ ਅਤੇ ਉਹਨਾਂ ਨਾਲ ਮਤਲਬ ਜਨਤਾ 'ਚ ਪਿਆਰ ਮੁਹੱਬਤ, ਪਾਕਿਸਤਾਨ ਵਿੱਚ ਸ਼ਾਂਤੀ ਆਏਗੀ, ਉਹਨਾਂ ਨੂੰ ਸਿੱਧੀ ਜਿਹੜਾ ਪਾਕਿਸਤਾਨੀ ਸਰਕਾਰ ਦਾ ਕਿਸ ਤਰ੍ਹਾਂ ਦਾ ਦੇਖ ਰਹੇ ਹੈਗੇ ਹੋ, ਖਾਸ ਕਰ ਉਹਨਾਂ ਨੇ ਮੇਨ ਪਹਿਲ ਕੀਤੀ ਆ ਭਾਰਤ ਵਾਲੇ ਪਾਸੇ ਤਾਂ ਹਲੇ ਕੰਮ ਥੋੜ੍ਹਾ ਢਿੱਲਾ ਵਾ? ਨਹੀਂ ਨਹੀਂ, ਉਹਨਾਂ ਤੁਸੀਂ ਉਹਨਾਂ ਉੱਤੇ ਇੰਨੇ ਦੁਸ਼ਮਣੀ ਜ਼ੁਲਮ ਲਗਾਉਣ ਤੋਂ ਮਗਰ ਵੀ ਉਹਨਾਂ ਨੇ ਤੁਹਾਨੂੰ ਇਨਵਾਈਟ ਕੀਤਾ ਵੀ ਤੁਸੀਂ ਚਲੋ ਗੁਰਦੁਆਰਾ 'ਚ ਕੋਰੀਡੋਰ ਬਣਾ ਕੇ ਸਿੱਖ ਆ ਸਕਦੇ ਨੇ, ਜਾ ਸਕਦੇ ਨੇ, ਬਹੁਤ ਅੱਛੀ ਚੀਜ਼ ਹੈ, ਉਹਨਾਂ ਨੇ ਆਪਣੇ ਵੱਲੋਂ ਪਹਿਲ ਕੀਤੀ। ਦੇਖੋ ਬਈ, ਧਾਰਮਿਕ ਅਲੱਗ ਚੀਜ਼ ਹੈ, ਰਾਜਨੀਤਿਕ ਅਲੱਗ ਹੈ, ਰਾਜਨੀਤਿਕ ਦੇ ਅੰਦਰ ਪਿਓ ਪੁੱਤਰ ਵੀ ਲੜਦੇ ਹਿੰਦੁਸਤਾਨ ਦੇ ਅੰਦਰ, ਔਰ ਧਰਮ ਕੀ ਹੁੰਦਾ ਬਈ, ਲੜਨਾ ਝਗੜਨਾ ਨਹੀਂ, ਪਿਆਰ ਮੁਹੱਬਤ ਨਾਲ ਰਹੋ, ਮਿਲ ਕੇ ਰਹੋ, ਅੱਛੀ ਚੀਜ਼ ਹੈ। ਗੁਰੂ ਨਾਨਕ ਜੀ ਉਹ ਲੋਕਾਂ ਨੂੰ ਸਿਖਾ ਕੇ ਗਏ, ਉਹਨਾਂ ਨੇ ਇੱਕ ਪਹਿਲ ਕੀਤੀ, ਇਹਦੇ ਨਾਲ ਸ਼ਾਇਦ ਉਹਨਾਂ ਦੇ ਵੀ ਹੌਲੀ ਹੌਲੀ ਕੁਛ ਸੁਧਰ ਜਾਏਗਾ, ਕੁਛ ਉਹਨਾਂ ਦੇ ਬ੍ਰੇਨ ਵਿੱਚ ਚੇਂਜ ਆਏਗੀ। ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸੀਗਾ ਕਿ ਸਾਰੀ ਮਨੁੱਖਤਾ ਨੂੰ ਇੱਕ ਤਰ੍ਹਾਂ ਨਾਲ ਦੇਖੋ, ਉਹ ਜਿਹੜਾ ਸੁਨੇਹਾ ਦੋਵਾਂ ਮੁਲਕਾਂ ਲਈ ਕਿਸ ਤਰ੍ਹਾਂ ਖੁਸ਼ਗਵਾਰ ਹੋਏਗਾ ਇਹ ਕੰਮ ਹੋਣ ਨਾਲ? ਇਹ ਕੰਮ ਨਾਲ ਦੋਵਾਂ ਦੀ ਮਤਲਬ ਜਦੋਂ ਬੰਦੇ ਜਾਣਗੇ ਉਹ ਆਉਣਗੇ ਅਤੇ ਉਹਦੇ 'ਚ ਮਤਲਬ ਸ਼ਾਂਤੀ, ਲੋਕਾਂ ਦੀ ਕੋਈ ਚੇਂਜ ਆਏਗੀ, ਪਿਆਰ ਲੋਕਾਂ ਦੇ ਦਿਲਾਂ 'ਚ ਪਿਆਰ ਆਏਗਾ ਅਤੇ ਆਪਣੇ ਆਪ ਫਿਰ ਨਫ਼ਰਤ ਜਦੋਂ ਖਤਮ ਹੁੰਦੀ, ਲੜਾਈ ਝਗੜੇ ਘੱਟ ਹੋ ਜਾਂਦੇ ਨੇ। ਕੁੱਲ ਮਿਲਾ ਕੇ ਜਿਹੜਾ ਆਮ ਤੌਰ 'ਤੇ ਦਿੱਲੀ ਵਿੱਚ ਬਹਿ ਕੇ ਤਾਂ ਇਹ ਲੱਗਦਾ ਨਾ ਕਿ ਜਿਵੇਂ ਦੋਵੇਂ ਮੁਲਕ ਇੱਕਦਮ ਦੁਸ਼ਮਣ ਹੋ ਗਏ, ਤੋਪਾਂ ਆਮੋ ਸਾਹਮਣੇ ਹੋ ਗਈਆਂ, ਇੱਥੇ ਆ ਕੇ ਕਿਵੇਂ ਪ੍ਰਭਾਵ ਲਿਆ? ਇੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਬਹੁਤ ਅੱਛਾ ਲੱਗ ਰਿਹਾ ਔਰ ਅੱਛਾ ਹੀ ਉਮੀਦ ਕਰਦੇ ਹਾਂ ਵੀ ਅੱਛਾ ਹੀ ਹੋਵੇ। ਤੁਸੀਂ ਇੱਥੇ ਦੇ ਰਹਿਸ਼ੀ ਲੋਕਲ ਹੋਣ ਦੇ ਕਰਕੇ ਕੀ ਕਿੱਦਾਂ ਦਾ ਪ੍ਰਭਾਵ ਹੈ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ? ਨਹੀਂ ਹੁਣ ਬਹੁਤ ਵਧੀਆ। ਅੱਛਾ, ਹਾਂਜੀ, ਇੱਥੇ ਲੋਕਾਂ ਦਾ ਕੀ ਮੰਨਣਾ ਹੈਗਾ ਵੀ ਉੱਧਰਲੀ ਸਰਕਾਰ ਬਾਰੇ? ਇੱਧਰਲਾ ਤਾਂ ਕੁਝ ਨਹੀਂ ਆ, ਪਿਆ ਵੀ ਜਗ੍ਹਾ ਵੀ ਮਿਲਣੀ ਚਾਹੀਦੀ ਹੈ, ਰਾਸਤਾ ਬਣਨਾ ਚਾਹੀਦਾ। ਕੋਈ ਇਹਨਾਂ ਦਿਨਾਂ 'ਚ ਕੋਈ ਦਿੱਕਤ ਕੋਈ ਆ ਰਹੀ ਹੈ? ਨਹੀਂ ਦਿੱਕਤ ਕੋਈ। ਤੁਸੀਂ ਉੱਧਰ ਦੇਖ ਆਉਂਦਾ ਤੁਹਾਡੇ ਜਾ ਕੇ ਜਿਹੜਾ ਕੰਮ ਚੱਲਦਾ? ਹਾਂ, ਬਾਰਡਰ 'ਤੇ ਚਾਹੀਦਾ, ਬਾਰਡਰ 'ਤੇ ਦੇਖੀਦਾ। ਦੇਖੀਦਾ ਬਹੁਤ ਵਧੀਆ, ਉਹਨਾਂ ਦਾ ਸਾਰਾ ਤਿਆਰ ਕਰ ਲਿਆ ਸਰ, ਸਿਰਫ ਬਾਰਡਰ ਰਹਿ ਗਿਆ। ਹਰੂਆਲ ਦੋ ਕਿਲੋਮੀਟਰ ਇੱਥੇ ਦੂਰ। ਤੁਸੀਂ ਵੰਡ ਤੋਂ ਪਹਿਲਾਂ ਦੇ ਹੋ ਕਿ ਬਾਅਦ ਦੇ ਹੋ? ਨਹੀਂ, ਬਾਅਦ 'ਚ ਹੋਏ ਹਾਂ। ਬਾਅਦ ਤੁਸੀਂ ਤਾਂ ਮਤਲਬ ਤੁਹਾਡੇ ਦਾਦੇ ਨੇ, ਪੜਦਾਦਿਆਂ ਨੇ, ਪਿਤਾ ਜੀ ਨੇ ਗੱਲਾਂ ਸੁਣਾਈਆਂ ਹੋਣਗੀਆਂ ਅਤੇ ਉਹ ਸਾਰਿਆਂ ਨੂੰ ਤੁਸੀਂ ਜਾਣਦੇ ਹੋ ਅਤੇ ਹੁਣ ਜਦੋਂ ਇਹ ਸਾਰਾ ਕੰਮ ਹੋ ਰਿਹਾ ਇੱਕ ਤਰ੍ਹਾਂ ਦਾ ਚੰਗਾ ਸੁਨੇਹਾ ਆ ਰਿਹਾ, ਤੁਸੀਂ ਇੱਕ ਤਾਂ ਦਾਦਿਆਂ ਕੋਲੋਂ ਪਿਤਾ ਜੀ ਕੋਲੋਂ ਗੱਲਾਂ ਸੁਣੀਆਂ ਨੇ, ਇੱਕ ਹੁਣ ਆ ਜਿਹੜਾ ਸੁੱਖ ਦੇ ਪਹਿਲੂ ਹੋ ਰਿਹਾ ਇਹਦੇ ਬਾਰੇ ਕੀ ਸੋਚਦੇ ਆ? ਇਹਦੇ ਬਾਰੇ ਜੀ ਸਾਡੇ ਬਹੁਤ ਵਧੀਆ ਲੱਗਣ ਡਿਆ ਜੀ,
ਇਹ ਦੋਵਾਂ ਦੋਵਾਂ ਦੇਸ਼ਾਂ ਦੇ ਵਿੱਚ ਜੋ ਮਿਲਾਪ ਹੋਣ ਡਿਆ ਵਧੀਆ ਹੋਣ ਡਿਆ ਹੁਣ ਜੋ ਬਾਹਰ ਜਾ ਬਾਹਰ ਵਾਲੇ ਲੋਕ ਗੱਲਾਂ ਲੜਾਈ ਦੀਆਂ ਗੱਲਾਂ ਕਰ ਅਸੀਂ ਤਾਂ ਬਾਰਡਰ ਦੇ ਰਹਿਣ ਵਾਲੇ ਸਾਨੂੰ ਸਾਰੇ ਪਤਾ ਇੱਥੇ ਇਹ ਕਿੱਦਾਂ ਇੱਥੇ ਹੱਡ ਬੀਜਦੀ ਹੈ ਇਹਦੇ ਗੱਲਾਂ ਕਰਨ ਦੀ ਕਿਹੜੀ ਗੱਲ ਹੈ ਉੱਥੋਂ ਦੇ ਸ਼ਰੀਰ ਨੇ ਜੰਗ ਲੜਾ ਜੰਗ ਲੱਗ ਜੇ ਲੜਾਈ ਲੱਗ ਜੇ ਅਤੇ ਲੜਾਈ ਲੱਗਣੀ ਕੋਈ ਸੌਖੀ ਥੋੜ੍ਹੀ ਜੇ ਉਹਦੇ ਚਾਰ ਜੀ ਮਰ ਗਏ ਉੱਥੇ ਚਲੋ ਉਹਦੇ ਸਰਕਾਰੀ ਬੰਦੇ ਸੀ ਹੁਣ ਇੱਥੇ ਲੜਾਈ ਲੱਗ ਰਹੀ ਹੈ ਅਤੇ ਜਨਤਾ ਕਿੰਨੀ ਮਰਦੀ ਆ ਉਹਨਾਂ ਦਾ ਵਾਲੀ ਵਾਸਤੇ ਕੋਈ ਨਹੀਂ ਬਣਦਾ ਮੁੜ ਕੇ ਅੱਛਾ ਹੋਰ ਸਰਹੱਦੀ ਲੋਕਾਂ ਦੀਆਂ ਕਿੱਦਾਂ ਦੀਆਂ ਦਿੱਕਤਾਂ ਨੇ ਇੱਥੋਂ ਜਦੋਂ ਇਸ ਤਰ੍ਹਾਂ ਦੇ ਮਾਹੌਲ ਬਣਦਾ ਹੈ ਮਾਹੌਲ ਸਰਹੱਦੀ ਲੋਕਾਂ ਦੀ ਇਹ ਜਦੋਂ ਜੰਗ ਕੋਈ ਖਬਰ ਆਉਂਦੀ ਹੈ ਮਾੜੀ ਚੰਗੀ ਫਿਰ ਸਾਨੂੰ ਰਾਤ ਉੱਠਣਾ ਪੈਂਦਾ ਬੱਚੇ ਟਰਾਲੀਆਂ ਜਿੱਦਾਂ ਕਿ ਉਹ ਸਾਰਿਆਂ ਨੇ ਲੈ ਕੇ ਅਤੇ ਫਿਰ ਗਾਂਹ ਜਾਣਾ ਪੈਂਦਾ ਜੀ ਬਾਰਡਰ ਛੱਡ ਕੇ ਅਤੇ ਸਾਡੇ ਵਾਸਤੇ ਬਹੁਤ ਮੁਸ਼ਕਲ ਆ ਇੱਥੇ ਅਤੇ ਲੋਕ ਗੱਲਾਂ ਬਹੁਤ ਕਰਦੇ ਬਾਹਰਲੇ ਛੇਤੀ ਜੰਗ ਲਾ ਦਿਓ ਆਹ ਕਰ ਦਿਓ ਇੰਨਾ ਹੋ ਗਿਆ ਉਹਨਾਂ ਆਹ ਮੁਸਲਮਾਨ ਆਹ ਕਰ ਦਿੱਤਾ ਇਹਨਾਂ ਆਹ ਕਰ ਦਿੱਤਾ ਇਹ ਕੋਈ ਇੱਡੀ ਵਧੀਆ ਗੱਲ ਨਹੀਂ ਗੀ ਮਤਲਬ ਉਰੇ ਖਾਸ ਕਰ ਜਿਹੜੇ ਸਰਹੱਦੀ ਲੋਕ ਵੀ ਨੇ ਵੈਸੇ ਆਪਣੇ ਸਾਰੇ ਪੰਜਾਬੀ ਵੀ ਪਾਕਿਸਤਾਨ ਦੇ ਪੰਜਾਬ ਨੂੰ ਆਪਣਾ ਮਤਲਬ ਆਪਣੇ ਜਿਹੜਾ ਹੈਗਾ ਵਾ ਜਿਸਮ ਦਾ ਹਿੱਸਾ ਸਮਝਦੇ ਹਾਂ ਪਰ ਸਰਹੱਦੀ ਲੋਕ ਬਿਲਕੁਲ ਵੀ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸਰਹੱਦੀ ਲੋਕ ਤਾਂ ਬਿਲਕੁਲ ਨਹੀਂ ਚਾਹੁੰਦੇ ਕੋਈ ਇੱਦਾਂ ਦੀ ਕੋਈ ਗੱਲਬਾਤ ਹੋਏ ਵੱਧ ਹੀ ਘੱਟ ਹੀ ਅਸੀਂ ਤਾਂ ਇਹਨੇ ਪਿਆਰ ਨਾਲ ਰਹੋ ਸਾਰੇ ਪਿਆਰ ਨਾਲ ਦਿਲਚਸਪ ਗੱਲ ਪੁੱਛਣਾ ਚਾਹੁੰਦਾ ਖਾਲਸਾ ਜੀ ਇਸ ਥੋੜ੍ਹਾ ਜਿਹਾ ਧਾਰਮਿਕ ਤੋਂ ਹਟ ਕੇ ਵੀ ਜਿਵੇਂ ਤੁਹਾਨੂੰ ਜੇ ਤੁਸੀਂ ਇੱਧਰੋਂ ਹੀ ਹੋ ਕਿ ਉੱਧਰੋਂ ਆਏ ਹੋ ਇੱਧਰ ਤਾਂ ਅਸੀਂ ਹਾਂਜੀ ਵਸ਼ਨੀਕ ਹੈ ਇੱਥੇ ਮੰਨ ਲਓ ਕਿ ਜਿਵੇਂ ਕਰਤਾਰਪੁਰ ਸਾਹਿਬ ਆ ਬਿਲਕੁਲ ਆਪਣੇ ਨੇੜੇ ਹੈ ਐਨ ਉਰੇ ਇੱਕ ਲਕੀਰ ਖਿੱਚੀ ਗਈ ਆਮ ਕਰਕੇ ਵੰਡ ਤੋਂ ਪਹਿਲਾਂ ਤੁਹਾਡੇ ਦਾਦੇ ਸਾਈਕਲ 'ਤੇ ਜਾਂਦੇ ਹੋਣਗੇ ਉੱਧਰੋਂ ਕਈ ਪੈਦਲ ਜਾਂਦੇ ਰਹੇ ਕਰਤਾਰਪੁਰ ਸਾਹਿਬ ਮੇਲਾ ਕੋਈ ਕੋਈ ਉਹਨਾਂ ਦੇ ਆੜੀ ਵੀ ਉੱਧਰ ਰਹਿ ਗਏ ਹੋਣਗੇ ਉਹਨਾਂ ਦੀ ਕੋਈ ਗੱਲਾਂ ਗੁੱਲਾਂ ਕਦੇ ਸੁਣਾਈਆਂ ਇਸ ਤਰ੍ਹਾਂ ਗੱਲਾਂ ਇਹ ਸੁਣਾਉਂਦੇ ਵੀ ਇੱਥੇ ਕਰਤਾਰਪੁਰ ਸਾਹਿਬ ਮੇਲੇ ਮੇਲਾ ਬੜਾ ਲੱਗਦਾ ਹੁੰਦਾ ਕਬੱਡੀ ਬੜੀ ਹੁੰਦੀ ਘੋਲ ਬੜਾ ਹੁੰਦਾ ਹੁੰਦਾ ਜੀ ਇੱਥੇ ਹਾਂਜੀ ਸਰਾਧਾਂ ਦੀ ਇੱਥੇ ਮੇਲਾ ਲੱਗਦਾ ਹੁੰਦਾ ਕੋਈ ਆੜੀ ਉੜੀ ਜਿਹੜਾ ਉੱਧਰ ਮੁਸਲਮਾਨ ਆੜੀ ਰਹਿ ਗਿਆ ਹੁਣ ਉਹਦੀ ਗੱਲ ਕਰਦੇ ਹੋਣਗੇ ਮੁਸਲਮਾਨ ਬਾਰੇ ਨਹੀਂ ਕੋਈ ਗੱਲ ਕਰਦੇ ਰਹੇ ਬਸ ਇਹੋ ਦੱਸਦੇ ਰਹੇ ਵੀ ਇੱਥੇ ਮੇਲਾ ਲੱਗਦਾ ਅਸੀਂ ਮੇਲਾ ਵੇਖਣ ਜਾਂਦੇ ਰਹੇ ਹਾਂ ਵਿਸਾਖੀ ਬਹੁਤ ਲੱਗਦੀ ਉਹ ਕਰਤਾਰਪੁਰ ਸਾਹਿਬ ਇੱਥੇ ਅਤੇ ਬਹੁਤ ਮਜ਼ਾ ਆਉਂਦਾ ਬੜਬੜੀ ਦੂਰੋਂ ਆਉਂਦੇ ਮਾਝੇ ਦੜ ਪਛਨਾ ਵੱਲੋਂ ਆਉਂਦੇ ਲੋਕ ਭਲਵਾਨ ਇੱਥੇ ਘੋਲਣਾ ਕਬੱਡੀ ਖੇਡਣ ਵਾਸਤੇ ਹਾਂਜੀ ਬਹੁਤ ਵਧੀਆ ਲੱਗਦਾ ਸੀ ਉਦੋਂ ਅਤੇ ਹੁਣ ਤਾਂ ਚਲੋ ਬਾਰਡਰ ਬਣ ਗਿਆ ਵੱਖਰੀ ਗੱਲ ਹੈ ਹਾਂਜੀ ਹੁਣ ਜਿਹੜਾ ਉੱਧਰ ਦਾ ਨਜ਼ਾਰਾ ਕਿਵੇਂ ਦੇਖਦੇ ਰਹੇ ਤੁਸੀਂ ਖੁਦ ਜਦੋਂ ਸਾਡੀ ਜ਼ਮੀਨ ਵੀ ਨਾਲ ਅਸੀਂ ਤਾਂ ਇੱਥੋਂ ਸਭ ਕੁਝ ਵੇਖ ਲਈਦਾ ਜੀ ਬਾਰਡਰ 'ਤੇ ਚੜ੍ਹ ਕੇ ਸਾਡੀ ਜ਼ਮੀਨਾਂ ਵੀ ਨਾਲ ਨੇ ਬਿਲਕੁਲ ਖੇਤਾਂ ਨਾਲ ਲੋਕਾਂ ਦਾ ਹਲਵਾ ਹੁੰਦੀ ਸੀ ਹਾਂਜੀ ਹੁੰਦੀ ਪਰ ਨਹੀਂ ਨਾ ਅਸੀਂ ਕਰਦੇ ਫਿਰ BSF ਵਾਲੇ ਬੜੇ ਤੰਗ ਕਰਦੇ ਵੀ ਕਿਉਂ ਤੁਹਾਡੀ ਕੋਈ ਬਲੈਕ ਕਰਦੇ ਕੋਈ ਕਰਦੇ ਕੋਈ ਕੋਈ ਗੱਲਬਾਤ ਨਹੀਂ ਕਰਦੇ ਉੱਦਾਂ ਪਾਕਿਸਤਾਨ 'ਚ ਪਹਿਲਾਂ ਕਰਦਾ ਮਤਲਬ ਪਰ ਉਹ ਸਮੱਸਿਆ ਆ ਜਾਂਦਾ ਪਹਿਲਾਂ ਜਦੋਂ ਤਾਰ ਨਹੀਂ ਲੱਗੀ ਉਦੋਂ ਦੇ ਬਾਰਡਰ ਤੋਂ ਕੰਡਾ ਵੱਢ ਸਰਕੰਡਾ ਵੱਢ ਲਿਆਉਣਾ ਕੋਈ ਕੋਈ ਰੋਕ ਟੋਕ ਨਹੀਂ ਸੀ ਉਦੋਂ ਅਤੇ ਜਦੋਂ ਤਾਰ ਲੱਗ ਗਈ ਹੁਣ ਮੁਸ਼ਕਲ ਹੈ ਥੋੜ੍ਹੀ ਹੁਣ ਤਾਂ ਕੋਈ ਕੂ ਵੀ ਨਹੀਂ ਸਕਦਾ ਉਹਨਾਂ ਨੂੰ ਹਾਂਜੀ ਹੋਰ ਇੱਥੇ ਜਿਹੜੇ ਆਮ ਪੰਜਾਬ ਦੇ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਬਾਬੇ ਨਾਨਕ ਦੀ ਇਸ ਧਰਤੀ ਤੋਂ ਅਸੀਂ ਕਹਿੰਦੇ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਵੀ ਕਿਰਪਾ ਕੀਤੀ ਆ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਬੰਦੇ ਦੀ ਵਜੂਦ ਨਹੀਂ ਗਾ ਕਰਨ ਵਾਲਾ ਜੋ ਕਰਤਾ ਬਾਬੇ ਨਾਨਕ ਨੇ ਕੀਤਾ ਸਭ ਕੁਝ ਇਹਦੀ ਦੇਖ ਰੇਖ ਹੇਠ ਹੀ ਹੋਣ ਡਿਆ ਜੋ ਕੰਮ ਹੋਣ ਡਿਆ ਮਹਾਰਾਜ ਦਾ ਹੁਕਮ ਹੈ ਬੰਦੇ ਦਾ ਕੋਈ ਨਹੀਂ ਹੁਕਮ ਜੇ ਆਖੇ ਗੁਰੂ ਨਾਨਕ ਪਾਤਸ਼ਾਹ ਹੀ ਕਰਨ ਡਿਆ ਸਭ ਕੁਝ ਜੋ ਕਰਨ ਡਿਆ ਬਾਬੇ ਨਾਨਕ ਦੀ ਮਿਹਰ ਆ ਬੰਦਾ ਨਹੀਂ ਕੱਖ ਵੀ ਕਰ ਸਕਦਾ ਦੋਵਾਂ ਜੇ ਉਹਨਾਂ ਦੋਵਾਂ ਬੰਦਿਆਂ ਨੇ ਮਨ 'ਚ ਮਿਹਰ ਪਾਈ ਆ ਅਤੇ ਫਿਰ ਹੀ ਗੱਲ ਬਣੀ ਆ ਬਾਬੇ ਨਾਨਕ ਦਾ ਆਸ਼ੀਰਵਾਦ ਜੇ ਸਭ ਕੁਝ ਅਸੀਂ ਕਹਿੰਦੇ ਕਿ ਬਾਬਾ ਨਾਨਕ ਦੋਵੇਂ ਮੁਲਕਾਂ ਨੂੰ ਹੋਰ ਨੇੜੇ ਲੈ ਕੇ ਆਵੇ ਸਹੀ ਰੱਖੇ ਆਪਸ ਮਿਲ ਵਰਤ ਵਧੇ ਦੋਸਤੋ ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ ਬਚੀ ਰਹੇ ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ ਜਿਹੜੇ ਮਸਲੇ ਵੱਡੇ ਮੀਡੀਆ ਨੇ ਵੱਡਾ ਮੀਡੀਆ ਨਹੀਂ ਕਵਰ ਕਰਦਾ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ